ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਪੰਜਾਬ ਨੂੰ ਸਾਫ਼ ਸੁਥਰਾ ਕਰ ਦਿਓ। ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਇਹ ਜੋ ਕਾਕੋਵਾਲ ਰੋਡ ਦੇ ਉੱਤੇ ਜੋ ਹਾਲਾਤ ਬਣੇ ਹੋਏ ਨੇ, ਹਾਲਾਤ ਬੱਤੋ ਬੱਤਰ ਨੇ, ਲੋਕਾਂ ਨੂੰ ਹੈਜੇ ਤੱਕ ਹੋ ਗਿਆ ਵੈ, ਕਈ ਬਿਮਾਰੀਆਂ ਦਾਅਵਾ ਦਿੱਤੀਆਂ ਜਾ ਰਹੀਆਂ ਨੇ। ਬਾਹਰ ਪਾਣੀ ਆਉਂਦਾ ਹੋਊਗਾ, ਤੁਸੀਂ ਉਹਦਾ ਜਮਾਵੜਾ ਤੁਹਾਨੂੰ ਉਹ ਵੀ ਦਿਖਾਵਾਂਗੇ, ਲੇਕਿਨ ਤੁਹਾਨੂੰ ਇਹ ਤਸਵੀਰ ਇਸ ਕਰਕੇ ਦਿਖਾਉਣੀ ਲਾਜ਼ਮੀ ਸੀਗੀ ਕਿ ਇੰਨਾ ਕੁ ਪਾਣੀ ਹੈ, ਇੰਨਾ ਗੰਦ ਪਿਆ ਹੋਇਆ ਇੱਥੇ। ਲੇਕਿਨ ਸਰ ਇਹਦੇ 'ਚ ਕਮਲ ਜੀ ਇੱਕ ਵੱਡੀ ਗੱਲ ਹੈਗੀ ਹੈ ਕਿ ਇੰਨਾ ਕੁ ਗੰਦਾ ਪਾਣੀ ਹੈ ਕਿ ਇੱਥੇ ਲੋਕਾਂ ਨੂੰ ਹੈਜੇ ਤੱਕ ਹੋ ਚੁੱਕਾ ਹੈ, ਰੋਡ ਭਰੀ ਹੋਈ ਹੈ, ਕਈ ਫੈਕਟਰੀਆਂ ਦੇ ਆਪਣੇ ਅੰਦਰ ਐਂਟਰੀ ਨਹੀਂ ਕਰ ਪਾਉਂਦੇ। ਗੰਦੀ ਸਮੈਲ ਆ ਰਹੀ ਹੈ ਇੱਥੇ, ਜੀਣਾ ਹਰਾਮ ਹੋਇਆ ਪਿਆ ਮੇਰਾ ਜੀ। ਮੈਨੂੰ ਐਂ ਲੱਗ ਰਿਹਾ ਕਿ ਮੈਨੂੰ ਮਾਰਨਾ ਚਾਹੁੰਦੇ ਆ। ਇੱਥੇ ਸਿਰਫ ਧਾਰਾ ਸੇਮ 347 ਲੈਣੀ ਚਾਹੀਦੀ ਹੈ ਮਰਡਰ ਵਾਲੀ। ਤੁਹਾਡੇ ਪੈਰਾਂ ਤੇ ਕੀ ਹੋਇਆ, ਇਸ ਪਾਣੀ ਨਾਲ ਇਨਫੈਕਸ਼ਨ ਹੋਇਆ? ਮੇਰੇ ਫ੍ਰੈਕਚਰ ਹੋ ਗਿਆ ਸੀ, ਇਹ ਪਾਣੀ ਖੜਾ ਸੀਗਾ, ਟੋਏ ਦੇ ਵਿੱਚ ਐਕਟਿਵਾ ਗਿਰ ਗਈ ਤੇ ਮੇਰੇ ਪਲੇਟਾਂ ਪਈਆਂ ਹੋਈਆਂ ਇਸ ਪਾਣੀ ਕਰਕੇ। ਹਾਂਜੀ, ਇੰਨੇ ਮਾੜੇ ਹਾਲਾਤ ਨੇ। ਇਹ ਤਾਂ ਕਹਿੰਦੇ ਨੇ ਕਿ ਅਸੀਂ ਬੜਾ ਸਾਫ਼ ਫ੍ਰੀ ਪਾਣੀ ਸਾਫ਼ ਕਰਦੇ ਹਾਂ। ਉਹੀ ਪਾਣੀ ਆ ਤੁਹਾਡੇ ਸਾਹਮਣੇ ਜੀ, ਡੈਂਗਾਂ ਦਾ ਕਾਲਾ ਪਾਣੀ ਆ, ਦੇਖੋ ਗੁਲਾਬੀ ਪਾਣੀਆਂ ਦਿਖਾਓ। ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਉਣੀ ਲਾਜ਼ਮੀ ਹੈ ਕਿ ਗੁਲਾਬੀ ਰੰਗ ਦਾ ਪਾਣੀ ਹੈ, ਰਿਕਾਰਡਿੰਗ ਨਾ ਹੁੰਦੀ ਹੈ ਵੀਰ ਤੋਂ ਤੇ ਪੀਡੀਏ ਦੇ ਜਿਹੜੇ ਨੇ ਕਮਲ ਜੀ ਕਿਸ ਤਰ੍ਹਾਂ ਆਉਂਦੇ ਗੇਟ ਦੇ ਵਿੱਚ, ਕਿਉਂਕਿ ਇਹਨਾਂ ਨੇ ਰਿਕਾਰਡਿੰਗ ਕਰ ਲਈ ਕਿ ਸਾਡੀ ਕੰਪਲੇਂਟਾਂ ਨਾ ਕਰ, ਮੈਂ ਹੱਲ ਕਰ ਦਿੰਦਾ, ਤੇ ਸਾਨੂੰ ਕਿਹਾ ਜਾਂਦਾ ਕਿ ਹਾਂ ਵੀ ਮੈਂ ਹੱਲ ਕਰਦਾ ਵਾਂ ਤੇ ਇਹ ਘਰਾਂ ਦਾ ਪਾਣੀ ਹੈ। ਲੇਕਿਨ ਇੱਕ ਪਾਸੇ ਸ਼ਖਸ ਕੋਲ ਰਿਕਾਰਡਿੰਗ ਹੈ ਤੇ ਦੂਜੇ ਪਾਸੇ ਇਹ ਡੈਂਗ ਦਾ ਪਾਣੀ ਹੈ। ਇਹ ਦਾਵਾ ਐਨਜੀਟੀ ਕਰੇਗੀ ਕਿ ਨਹੀਂ ਕਰੇਗੀ ਰਿਪੋਰਟ ਦੇ ਵਿੱਚ? ਪੋਲਿਊਸ਼ਨ ਬੋਰਡ ਆਖਿਰ ਕਿਹੜੀਆਂ ਕੁੰਭਕਰਨੀ ਨਿੰਦਾ ਸੁੱਤਾ ਹੋਇਆ ਵੈ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ ਇਸ ਵੇਲੇ ਕੱਕਾ ਧੋਲਾ ਰੋਡ ਦੇ ਉੱਤੇ ਮੌਜੂਦ ਹਾਂ, ਜਿੱਥੇ ਡੈਂਗਾਂ ਹੀ ਡੈਂਗਾਂ ਨੇ ਤੇ ਸੀਟੀਵੀ ਪਲਾਂਟ ਹੀ ਮੌਜੂਦ ਹੈਗਾ। ਲੇਕਿਨ 50 ML ਦਾ ਸੀਟੀਵੀ ਪਲਾਂਟ ਹੈ, ਲੇਕਿਨ ਤੁਹਾਨੂੰ ਦੱਸ ਦਈਏ ਕਿ ਸੂਤਰਾ ਵੀ ਦੱਸਦੇ ਕਿ 150 ML ਪਾਣੀ ਦਾ ਛੱਡਿਆ ਜਾਂਦਾ। ਲੇਕਿਨ ਇਹ ਤਸਵੀਰ ਦਿਖਾ ਰਿਹਾ ਇਹ ਕਿੰਨਾ ਗੰਦਲਾ ਪਾਣੀ ਹੈ, ਇੰਨਾ ਗੰਦਲਾ ਪਾਣੀ ਹੈ ਕਿ ਜੋ ਡੈਂਗਾਂ ਵਾਲੇ ਰਾਤ ਨੂੰ ਉੱਥੇ ਜੋ ਬਾਹਰ ਪਾਣੀ ਆਉਂਦਾ ਹੋਊਗਾ, ਤੁਸੀਂ ਉਹਦਾ ਜਮਾਵੜਾ ਤੁਹਾਨੂੰ ਉਹ ਵੀ ਦਿਖਾਵਾਂਗੇ, ਲੇਕਿਨ ਤੁਹਾਨੂੰ ਇਹ ਤਸਵੀਰ ਇਸ ਕਰਕੇ ਦਿਖਾਉਣੀ ਲਾਜ਼ਮੀ ਸੀਗੀ ਕਿ ਇੰਨਾ ਕੁ ਪਾਣੀ ਹੈ, ਇੰਨਾ ਗੰਦ ਪਿਆ ਹੋਇਆ ਇੱਥੇ। ਲੇਕਿਨ ਡੈਂਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਵੀ ਫੋਨ ਆ ਗਿਆ, 5 ਵਾਰ ਫੋਨ ਕੀਤਾ ਸੀਗਾ ਲੇਕਿਨ ਫੋਨ ਆ ਗਿਆ ਡੈਂਗ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਦਾ। ਕਮਲ ਜੀ ਕੀ ਹਾਲ ਨੇ? ਵਧੀਆ ਵਿਸ਼ਾਲ ਜੀ, ਵਧੀਆ। ਭਾਜੀ ਮੈਂ ਨਾ ਇੱਧਰ ਆਇਆ ਸੀਗਾ ਕੱਕਾ ਧੋਲਾ ਰੋਡ ਦੇ ਉੱਤੇ, ਜਿੱਥੇ ਡੈਂਗਾਂ ਦਾ ਪਾਣੀ ਜਿਹੜਾ ਬਾਹਰ ਰੋਡ ਦੇ ਉੱਤੇ ਆਇਆ ਹੋਇਆ ਵਾ, ਸਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇੱਥੇ? ਭਾਜੀ ਅਸੀਂ ਬਸੇ ਨੂੰ ਠੀਕ ਕਰਨ ਨੂੰ ਕਹਿਤਾ, ਕੋਈ ਲਾਹੌਰ ਦੀ ਲੀਕ ਆਉਣੀ, ਸਾਡਾ ਇੱਥੇ ਸਾਡਾ ਪਰਸਨਲ ਸੀਵਰੇਜ ਪਿਆ ਹੋਇਆ ਜੀ, ਲੋਕਾਂ ਅਸੀਂ ਕਾਰਪੋਰੇਸ਼ਨ ਦਾ ਕੋਈ ਸੀਵਰੇਜ ਨਹੀਂ ਕੱਕਾ ਰੋਡ ਦੇ। ਲੇਕਿਨ ਸਰ ਇਹਦੇ 'ਚ ਕਮਲ ਜੀ ਇੱਕ ਵੱਡੀ ਗੱਲ ਹੈਗੀ ਹੈ ਕਿ ਇੰਨਾ ਕੁ ਗੰਦਾ ਪਾਣੀ ਹੈ ਕਿ ਇੱਥੇ ਲੋਕਾਂ ਨੂੰ ਹੈਜੇ ਤੱਕ ਹੋ ਚੁੱਕਾ ਹੈ, ਰੋਡ ਭਰੀ ਹੋਈ ਹੈ, ਕਈ ਫੈਕਟਰੀਆਂ ਦੇ ਆਪਣੇ ਅੰਦਰ ਐਂਟਰੀ ਨਹੀਂ ਕਰ ਪਾਉਂਦੇ। ਹਰ ਫੈਕਟਰੀ ਦੇ ਵਿੱਚ 400 ਬੋਰ ਹੈ ਜੀ, ਸਾਡਾ ਤਾਂ 100 ਬੋਰ ਹੈ, 110 ਬੋਰ ਹੈ, ਜਿਹੜੀ ਦੂਜੀ ਇੰਡਸਟਰੀ ਉਹ 400 ਹੈ, 400 ਬੋਰਾਂ ਪਾਣੀ ਸਾਡੇ ਪਊਗਾ, ਓਵਰਫਲੋ ਹੋਊਗਾ ਜੀ, ਅਸੀਂ ਆਪਣੇ ਹਿਸਾਬ ਨਾਲ ਸੀਵਰੇਜ ਪਾਇਆ, ਆਪਣੇ ਹਿਸਾਬ ਨਾਲ ਸੀਟੀ ਵੀ ਲਗਾਇਆ, ਅਸੀਂ ਲੋਕਾਂ ਦਾ ਪਾਣੀ ਦਾ ਕੈਲਕੂਲੇਟ ਨਹੀਂ ਕੀਤਾ। ਨਹੀਂ ਇਹਦਾ ਹੱਲ ਕੀ ਕੀਤਾ ਜਾਊਗਾ ਕਮਲ ਜੀ, ਪ੍ਰਧਾਨ ਹੋ ਤੁਸੀਂ? ਚਲੋ ਮੈਂ ਫਿਰ ਵੀ ਮੈਂ ਮੁੰਡੇ ਨੂੰ ਪੂਰੀ ਲਗਾਤੀ ਹੈ, ਮੁੰਡਾ ਅੱਜ ਆਤੀ ਵਿੱਚ ਬੈਠ ਕੇ ਪ੍ਰੋਪਰ ਚੈੱਕ ਕਰੂਗਾ ਪਾਣੀ ਕਿਉਂ ਨਿਕਲਦਾ, ਸਾਡਾ ਜਿਹੜਾ ਪੁਰਾਣਾ ਟੈਕਨੀਕਲ ਬੰਦਾ ਚੈੱਕ ਕਰੂਗਾ ਜੀ ਉੱਥੇ। ਲੇਕਿਨ ਇੱਥੇ ਕਈਆਂ ਨੇ ਕਈਆਂ ਨੇ ਠੀਕ ਕਰਾਉਂਗਾ, ਮੈਂ ਫਿਰ ਵੀ ਠੀਕ ਕਰਾਉਂਗਾ ਜੀ, ਆਪਣੇ ਇੱਕ ਸਮਾਜਿਕ ਵਿਵਹਾਰ ਤੇ ਕਾਨੂੰਨ ਤੌਰ ਤੇ ਗਲਤ ਹੈ ਜੇ ਸਾਡੇ 'ਚ ਪਾਣੀ ਪਾਇਆ, ਸਮਾਜਿਕ ਵਿਵਹਾਰ ਨਹੀਂ। ਮੈਂ ਤੁਸੀਂ ਉਹ ਕਨੈਕਸ਼ਨ ਕੱਢ ਦਿਓ ਜਿੰਨਾ ਕਨੈਕਸ਼ਨ ਪਾਇਆ ਤੁਸੀਂ, ਡੈਂਗ ਵਾਲੇ ਆਪਣਾ ਅਲੱਗ ਕਨੈਕਸ਼ਨ ਜਿਹੜਾ ਤੁਸੀਂ ਕਰਾਇਆ ਹੋਇਆ ਉਹ ਰੱਖੋ, ਬਾਕੀ ਕਨੈਕਸ਼ਨ ਤੁਸੀਂ ਆਪ ਚੈੱਕ ਕਰਕੇ ਕਟਾ ਦਿਓ। ਲੇਕਿਨ ਇਲਜ਼ਾਮ ਤਾਂ ਫਿਰ ਡੈਂਗ ਵਾਲੇ ਤੇ ਲੱਗ ਜਾਂਦੇ ਨੇ। ਨਹੀਂ ਨਹੀਂ ਡੈਂਗ ਤੇ ਨਹੀਂ ਲੱਗਦੇ, ਦੇਖੋ ਸਰਕਾਰ ਕਾਰਪੋਰੇਸ਼ਨ ਦੀ ਗਲਤੀ ਹੈ ਜੀ, ਬਈ ਸੀਵਰੇਜ ਪਾ ਕੇ ਸਭ ਕੇ ਬਿੱਲ ਲੈਂਦੀ ਹੈ। ਨਹੀਂ ਲੇਕਿਨ ਇੱਥੇ ਇੱਕ ਸਵਾਲ ਆ ਵੀ ਨਾ, 50 ML ਦਾ ਜਿਹੜਾ ਸੀਟੀਵੀ ਪਲਾਂਟ ਹੈਗਾ ਵਾ, ਲੇਕਿਨ 150 ML ਤੋਂ ਉੱਪਰ ਪਾਣੀ ਜਾਂਦਾ? ਨਹੀਂ ਨਹੀਂ ਮਤਲਬ ਨਹੀਂ ਕੋਈ ਜੀ, ਸਾਡੇ ਕੋਲ ਆਨਲਾਈਨ ਮੀਟਰਿੰਗ ਲੱਗੀ, ਸਭ ਕੁਝ ਸਾਰਾ ਕੁਝ 150 ML ਦਾ ਪਾਣੀ ਹੋ ਸਕਦਾ। ਕਿ ਤੁਹਾਨੂੰ ਇੱਕ ਲੈਟਰ ਵੀ ਦਿਖਾ ਰਹੇ ਹਾਂ, ਜੋ ਲੈਟਰ ਜਿਹੜੀ ਹੈ ਚੀਫ ਨੂੰ ਦਿੱਤੀ ਗਈ, ਪੋਲਿਊਸ਼ਨ ਬੋਰਡ ਦੇ ਚੀਫ ਨੂੰ ਦਿੱਤੀ ਗਈ ਹੈ ਲੈਟਰ, ਇਸ ਕਰਕੇ ਦਿਖਾਉਣੀ ਲਾਜ਼ਮੀ ਅਸੀਂ ਸਮਝਦੇ ਪਏ ਹਾਂ ਕਿਉਂਕਿ ਇਹ ਪ੍ਰੂਫ ਹੈ।
ਨੰਬਰ ਲੱਗਾ, ਡੈਰੀ ਨੰਬਰ ਲੱਗਾ ਹੋਇਆ ਲੈਟਰ ਦੇ ਉੱਤੇ, ਡੈਰੀ ਨੰਬਰ ਲੱਗਾ ਹੋਇਆ ਵਾ ਕਿ ਬਾਈ ਕੀ ਹੈ ਕੀ ਹੈ, ਸੱਚ ਉਹ 'ਚ ਦੱਸੋ ਹੈ ਕੀ ਹੈ? ਇਹ ਡਾਇੰਗਾਂ ਦਾ ਭਾਅ ਜੀ ਰਾਤ ਨੂੰ ਇੱਥੇ ਪਾਣੀ ਛੱਡਦਾ, ਦਿਨੇ ਕੁਛ ਨਹੀਂ ਛੱਡਦਾ, ਤੁਹਾਡੇ ਸਾਹਮਣੇ ਹੀ ਆ ਮੇਰੇ ਫੈਕਟਰੀ 'ਚ ਅੰਦਰ ਆਉਣਾ ਔਖਾ ਕੀਤਾ ਪਿਆ। ਮੇਰਾ ਗਡਾਊਨ ਇੱਥੇ, ਕੋਈ ਮੇਰੇ ਇੱਥੇ ਵਰਕਰ ਰਹਿੰਦਾ ਸੀ ਉਹ ਬਿਮਾਰ ਹੋ ਕੇ ਹੈਜਾ ਹੋ ਗਿਆ, ਉਹਨੂੰ ਉਹ ਛੱਡ ਕੇ ਰਾਤੋਂ ਰਾਤ ਚਲੇ ਗਿਆ, ਇਸ ਟਾਈਮ ਇੱਥੇ ਕੋਈ ਨਹੀਂ ਰਹਿ ਰਿਹਾ। ਲੇਕਿਨ ਤੁਸੀਂ ਕੋਲ ਬਹਿ ਕੇ ਸੁਣਿਆ ਵਾ, ਤੁਹਾਡੀ ਰਿਕਾਰਡਿੰਗ ਮੈਂ ਕੋਲ ਲਗਾਈ ਹੋਈ ਸੀਗੀ ਕਮਲ ਜੀ ਨਾਲ, ਅਤੇ ਉਹ ਕਹਿ ਰਹੇ ਨੇ ਕਿ ਡੈਂਗ ਦਾ ਪਾਣੀ ਹੈ ਨੀਗਾ, ਗੁਲਾਬ ਘਰਾਂ ਦਾ ਪਾਣੀ ਹੈ, ਗੁਲਾਬ ਘਰਾਂ ਦਾ ਪਾਣੀ, ਘਰਾਂ 'ਚ ਕੈਮੀਕਲ ਦੇ ਮੁਤਾਬਿਕ ਨਾ ਉਹ ਸਭ। ਮੈਂ ਤਾਂ ਮੈਨੂੰ ਚਾਰ ਦਿਨ ਤੋਂ ਕਹਿ ਰਹੇ ਆ ਤੁਹਾਨੂੰ, ਮੈਂ ਇਹਨਾਂ ਦੀ ਰਿਕਾਰਡਿੰਗ ਦੇ ਦਿੰਦਾ ਕਿ ਮੈਂ ਰਾਤੀ ਬੰਦਾ ਬਿਠਾ ਰਿਹਾ, ਸਵੇਰੇ ਸਵੇਰੇ ਤੁਹਾਡਾ ਹੱਲ ਹੋ ਜੂਗਾ, ਰਾਤੀ ਮੈਂ ਬੰਦਾ ਬਿਠਾ ਰਿਹਾ ਤੁਹਾਨੂੰ, ਮੈਂ ਸੁਣਾ ਦੇਣਾ ਰਿਕਾਰਡਿੰਗ। ਮਤਲਬ ਤੁਹਾਡੇ ਕੋਲ ਪ੍ਰੂਫ ਹੈਗੇ ਨੇ? ਹੈਲੋ ਸੁਣ ਲਓ ਤੁਸੀਂ, ਇਹ ਕਹਿੰਦੇ ਕੀ ਨੇ ਤੁਹਾਨੂੰ? ਕਹਿੰਦੇ ਰਾਤੀ ਸੀ ਬੰਦਾ ਬਿਠਾਇਆ ਸੀ, ਮੈਂ ਹੁਣੇ ਤੁਹਾਨੂੰ ਦੱਸਦਾ ਕਾਰਵਾਈ ਕੀ ਹੋਈ, ਕਿੰਨੇ ਕੌਣ ਪਾਣੀ ਛੱਡਿਆ ਤੁਹਾਨੂੰ? ਮਤਲਬ ਤੁਹਾਨੂੰ ਪਤਾ ਵੀ ਡੈਂਗ ਛੱਡ ਕੁਝ ਪਤਾ ਜੀ, ਅਤੇ ਮਤਲਬ ਜ਼ਮੀਨੀ ਤੌਰ 'ਤੇ ਕਾਰਵਾਈ ਨਹੀਂ ਹੈ? ਬਿਲਕੁਲ ਨਹੀਂ। ਮਤਲਬ ਜੋ ਤਸਵੀਰ ਮੈਂ ਇਹਨਾਂ ਨੂੰ 15 ਤਰੀਕ ਕਰਦੀ ਸੀ, ਕੀਤੀ ਸੀ ਕੰਪਲੇਂਟ, ਮੈਨੂੰ ਕਹਿੰਦਾ ਸੀ ਤੁਸੀਂ ਤੁਸੀਂ ਕੰਪਲੇਂਟਾਂ ਨਾ ਕਰੋ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ, ਭਾਈ ਸਾਹਿਬ ਕਮਲ ਚੌਹਾਨ ਬੋਲ ਰਿਹਾ ਜੀ ਪੀਡੀਏ ਤੋਂ। ਹਾਂਜੀ 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 ਸਰ, ਕੀ ਹਾਲ ਹੈ ਸਰ? ਬਸ ਸਰ ਗੁਰਵਾਰ ਨੇ ਠੀਕ ਕਰੂੰ ਤੋਂ ਬਚ ਬਾਈ ਚਾਂਸ ਹੋ ਗਿਆ ਹੋਣਾ ਕਿਤੇ ਲੀਕ, ਬਰਸਾਤ ਦਾ ਪਾਣੀ ਵਿੱਚ ਰਹਿੰਦਾ ਮੱਲੇ ਦਾ, ਇਹਨਾਂ ਤੋਂ ਚਾਰ ਦਿਨ ਤੋਂ ਬਰਸਾਤ ਚੱਲ ਰਹੀ ਹੈ ਭਾਜੀ ਡੇਲੀ ਨਾ ਕੋਈ ਡਰਾਈ। ਭਾਜੀ ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ ਭਾਈ ਸਾਹਿਬ, ਅਸੀਂ ਤਾਂ ਕਦੇ ਕਿਸੇ ਨੂੰ ਕਹਿੰਦੇ ਨਹੀਂ ਕੁਛ ਵੀ, ਅੱਜ ਸਾਰਾ ਚਾਹੇ ਤੁਹਾਡੀ ਇੰਡਸਟਰੀ ਹੈ ਇੱਥੇ, ਚਾਹੇ ਕਿਸੇ ਹੋਰ ਦੀ ਜਿੰਨੀ ਗ੍ਰੀਨ ਕਲਰ ਦੀ ਇੰਡਸਟਰੀ, ਚਾਹੇ ਕੋ ਹੈਗੀ ਹੈ ਤੁਹਾਡੀਆਂ ਕਲੋਨੀਆਂ, ਚਾਹੇ ਤੁਹਾਡਾ ਕੋਈ ਵਿਹੜੇ ਹੈ, ਚਾਹੇ ਕੋਈ ਫੈਕਟਰੀਆਂ ਹੈ, ਸਾਰਾ ਪਾਣੀ ਅਸੀਂ ਡਰੀਚ ਸਾਫ਼ ਕਰੇ, ਕਿਤੇ ਮਾੜਾ ਮੋਟਾ ਨਿਕਲ ਵੀ ਸਕਦਾ, ਮੈਂ ਉਸ ਗੱਲ ਨੂੰ ਨਹੀਂ ਕਹਿੰਦਾ, ਅਸੀਂ ਬਹੁਤ ਅਸੀਂ ਵੀ ਬਹੁਤ ਸੱਚੇ ਹਾਂ, ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਜਿੰਨਾ ਕੰਟਰੋਲ ਕਰੀਏ। ਪੋਲੂਸ਼ਨ ਬੋਰਡ ਦਾ ਜਿਹੜਾ ਹੈਗਾ ਵਾ ਉਹ ਚੀਜ਼ ਜਾਂਦਾ, ਮੇਰਾ ਸੀਵਰੇਜ ਜਾਂਦਾ ਵਾ, ਮੇਰਾ ਕੋਈ ਇੱਥੇ ਕੈਮੀਕਲ ਵਾਲਾ ਪਾਣੀ ਕੈਮੀਕਲ ਆ ਰਿਹਾ ਜੀ। ਚਲੋ ਮੈਂ ਤੁਹਾਨੂੰ ਉਹ ਨਹੀਂ ਕਹਿੰਦਾ ਸੀਵਰੇਜ, ਤੁਸੀਂ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਪਾਣੀ ਕਿੱਥੇ ਜਾਂਦਾ, ਮੇਰਾ ਤਾਂ ਉੱਥੇ ਇੱਕ ਮੁੰਡਾ ਰਹਿੰਦਾ ਪਾਣੀ, ਅਸੀਂ ਤਾਂ ਤੁਹਾਡਾ ਪਾਣੀ ਫ੍ਰੀ ਸਾਫ਼ ਕਰਦੇ ਹਾਂ ਸਾਰਿਆਂ ਦਾ। ਨਹੀਂ ਨਹੀਂ ਉਹ ਤਾਂ ਠੀਕ ਹੈ ਕਰਦੇ ਹੋ, ਪਰ ਯਾਰ ਗੰਦ ਤਾਂ ਮੂਹਰੇ ਪਾਓ ਨਾ, ਮੂਹਰੇ ਪੂਰੇ ਠੀਕ ਕਰਦੇ ਹਾਂ, ਸ਼ਿਕਾਇਤ ਸ਼ਿਕੂਤਾਂ ਮੈਂ ਕਰੀ ਜਾਓ, ਫਾਇਦਾ ਕੋਈ ਨਹੀਂ ਹੈਗਾ, ਸੁਣੋ ਮੇਰੀ ਗੱਲ, ਮੈਂ ਠੀਕ ਕਰਾਂਗਾ, ਮਸਲਾ ਮੈਂ ਠੀਕ ਕਰਨਾ, ਆਪਾਂ ਲੜਨਾ ਨਹੀਂ ਹੈਗਾ, ਬਸ ਮੇਰੇ ਕੋਲ ਫਿਰ ਫੋਨ ਆਇਆ। ਹਾਂਜੀ ਹਾਂਜੀ, ਉਸ ਤੋਂ ਬਾਅਦ ਦੇਖੋ ਜੀ 17 ਤਰੀਕ ਫਿਰ। ਹੈਲੋ ਹੈਲੋ, ਹਾਂਜੀ ਹਾਂਜੀ ਹਾਂਜੀ, ਕਮਲ ਜੀ ਮੈਂ ਆਰਪੀਐਨ ਤੋਂ ਬੋਲ ਰਿਹਾ ਜੀ, ਮਤਲਬ ਇਹ ਪ੍ਰੂਫ ਤੁਸੀਂ ਰੱਖ ਲਏ, ਇਹ ਪ੍ਰੂਫ ਹੁਣ ਉਹ ਜਦੋਂ ਖਬਰ ਚੱਲਣੀ ਹੈ ਸੁਣਨਗੇ। ਬਿਲਕੁਲ ਜੀ ਬਿਲਕੁਲ, ਹੈ ਬਿਲਕੁਲ ਸੁਣਨਗੇ ਜੀ। ਕੀ ਕਹਿੰਦੇ ਕੀ ਤੁਹਾਨੂੰ ਜਦੋਂ ਕੰਪਲੇਂਟ ਦਿੰਦੇ ਤਾਂ? ਬਸ ਹੀ ਕਹਿੰਦੇ ਰਾਤੀ ਬੰਦਾ ਬਿਠਾਉਣਾ, ਸੁਣੋ ਪ੍ਰੋਬਲਮ ਹੱਲ ਕਰ, ਮਤਲਬ ਪ੍ਰੋਬਲਮ ਬੰਦਾ ਬਿਠਾਉਣ ਜੋ ਤੁਹਾਨੂੰ ਕਿਹਾ ਇਹਨਾਂ ਨੇ।
ਇਹੀ ਕਹਿੰਦੇ ਆ ਅੱਜ ਅੱਜ ਫਿਰ ਕਹਿੰਦੇ ਮੈਂ ਬੰਦਾ ਬਿਠਾ ਮੈਂ ਕਰ ਚਲੋ ਇਹ ਛੱਡ ਦਿਓ ਤਾਂ ਪ੍ਰੂਫ ਤੁਹਾਡੇ ਕੋਲ ਪੱਕੇ ਆ ਗਏ ਨੇ ਕਿ ਹਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਇਹਨਾਂ ਨੇ ਆਪਣਾ ਨਾਮ ਲੈ ਕੇ ਗੱਲ ਕੀਤੀ ਹੈ ਇਹ ਮੁੱਕਰ ਨਹੀਂ ਸਕਦੇ ਨੇ ਲੇਕਿਨ ਜਿਹੜੀ ਤੁਸੀਂ ਕੰਪਲੇਂਟਾਂ ਦੇ ਰਹੇ ਹੋ ਕਿ ਡੈਂਗ ਦਾ ਪਾਣੀ ਸੱਚਮੁੱਚ ਡੈਂਗ ਦਾ ਹੀ ਪਾਣੀ ਬਿਲਕੁਲ ਸੱਚਮੁੱਚ ਆ ਜੀ 100% ਚਾਹੇ ਚੈੱਕ ਕਰਾ ਲਓ ਮੈਂ ਤਾਂ ਵੈਸੇ ਟੈਸਟ ਭੇਜਿਆ ਹੋਇਆ ਵਾ ਚੈੱਕ ਹੋ ਕੇ ਆਜੂਗਾ ਇਹ 'ਚ ਕਿਹੜੇ ਕਿਹੜੇ ਆਪਣਾ ਜ਼ਹਿਰੀਲੇ ਪਦਾਰਥ ਨੇ ਸਾਰਾ ਕੁਛ ਆਜੂਗਾ ਉਹ ਰਿਪੋਰਟ ਮੈਂ ਜਲਦੀ ਤੁਹਾਨੂੰ ਜਨਤਕ ਖੁਦ ਹੀ ਦੇ ਰਹੇ ਨੇ ਮੈਂ ਬਿਲਕੁਲ ਰਿਪੋਰਟ ਜਨਤਕ ਕਰੂੰਗਾ ਜੀ ਉਹ ਰਿਪੋਰਟ ਜਨਤਕ ਕਰੋਗੇ ਮਤਲਬ ਇਹ ਜੋ ਕੈਂਸਰ ਹੈ ਬਿਲਕੁਲ 100% ਕੈਂਸਰ ਹੈ ਜੀ ਇਹ ਤੁਸੀਂ ਕਿੱਥੇ ਰਹਿਣ ਵਾਲੇ ਹੋ ਅਭੀ ਇੱਥੇ ਦੇ ਯਾਰ ਕਿੰਨਾ ਕੁ ਪਰੇਸ਼ਾਨ ਹੋ ਇਸ ਗੰਨ ਤੋਂ ਬਹੁਤ ਬੁਰਾ ਹਾਲ ਆ ਭਾਜੀ ਮੈਂ ਕਹਿੰਦਾ ਜਦੋਂ ਦਾ ITP ਲੱਗਿਆ ਕੋਈ ਹੱਲ ਨਹੀਂਗਾ ਰੋਡਾਂ ਦੇ ਪਾਣੀ ਇਦਾਂ ਹੀ ਆ ਬਿਮਾਰੀਆਂ ਦਾ ਘਰ ਆ ਹੈ ਜਾਂ ਕਦੇ ਕੋਈ ਕੋਈ ਹੱਲ ਨਹੀਂਗਾ ਜਿੰਨਾ ਮਰਜ਼ੀ ਕੰਪਲੇਂਟਾਂ ਕਰ ਲਓ ਜੋ ਮਰਜ਼ੀ ਕਰ ਲਓ ਕੀ ਅਫਸਰ ਵਿਕੇ ਹੋਏ ਨੇ ਪਤਾ ਨਹੀਂ ਹੁਣ ਵਿਕੇ ਹੋਏ ਆ ਕਿ ਜਾਣ ਕੇ ਕਰਦੇ ਆ ਆ ਜਦੋਂ ਦਾ ਰੋਡ ਬਣੀ ਆ ਉਦੋਂ ਦਾ ਪਾਣੀ ਇਦਾਂ ਹੀ ਆ ਇੱਥੇ ਮਤਲਬ ਕਿਹਾ ਜਾਂਦਾ ਇੱਕ ਪਾਸੇ ਤਾਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਨੇ ਨਾਲਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀਆਂ ਜਾਂਦੀਆਂ ਲੇਕਿਨ ਰੋਡ ਦੇ ਉੱਤੇ ਡੈਂਗਾਂ ਦਾ ਪਾਣੀ ਸਾਰੇ ਸਾਰੇ ਰਲੇ ਮਿਲੇ ਹੋਏ ਆ ਇਹਨਾਂ ਦੀ ਰਲੀ ਮਿਲੀ ਭੁਗਤਾ ਤੁਹਾਡੇ ਸਾਹਮਣੇ ਕੋਈ ਹੱਲ ਨਹੀਂ ਬਸ ਕਰਾਨੇ ਆ ਜੀ ਬੰਦਾ ਬਿਠਾਨੇ ਆ ਜੀ ਆ ਜਾਂਦਾ ਬੰਦਾ ਚਲੇ ਜਾਂਦਾ ਬੰਦਾ ਤੁਹਾਡੇ ਪੈਰਾਂ ਤੇ ਕੀ ਹੋਇਆ ਇਸ ਪਾਣੀ ਨਾਲ ਇਨਫੈਕਸ਼ਨ ਹੋਇਆ ਮੇਰੇ ਹਾਂ ਮੇਰੇ ਫ੍ਰੈਕਚਰ ਹੋ ਗਿਆ ਸੀ ਇਹ ਪਾਣੀ ਖੜਾ ਸੀਗਾ ਟੋਏ ਦੇ ਵਿੱਚ ਐਕਟਿਵਾ ਗਿਰ ਗਈ ਤੇ ਮੇਰੇ ਪਲੇਟਾਂ ਪਈਆਂ ਹੋਈਆਂ ਨੇ ਇਸ ਪਾਣੀ ਕਰਕੇ ਹਾਂਜੀ ਹਾਂ ਇੰਨੇ ਮਾੜੇ ਹਾਲਾਤ ਨੇ ਇਹ ਤਾਂ ਕਹਿੰਦੇ ਨੇ ਕਿ ਅਸੀਂ ਬੜਾ ਸਾਫ਼ ਫ੍ਰੀ ਪਾਣੀ ਸਾਫ਼ ਕਰਦੇ ਹਾਂ ਕੋਈ ਪਾਣੀ ਆ ਤੁਹਾਡੇ ਸਾਹਮਣੇ ਆ ਜੀ ਡੈਂਗਾਂ ਦਾ ਕਾਲਾ ਪਾਣੀ ਆ ਦੇਖੋ ਗੁਲਾਬੀ ਪਾਣੀਆਂ ਦਿਖਾਓ ਇਹ ਤਾਂ ਹੈ ਹੀ ਗੁਲਾਬੀ ਪਾਣੀ ਆ ਇਹ ਘਰਾਂ ਦਾ ਗੁਲਾਬੀ ਪਾਣੀ ਆ ਥੋੜੀ ਘਰਾਂ ਦਾ ਪਾਣੀ ਥੋੜੀ ਹੈ ਇਹ ਲੇਕਿਨ ਵੀਰ ਤੁਸੀਂ ਕਿੱਥੇ ਰਹਿਣ ਵਾਲੇ ਹੋ ਮੈਂ ਵੀ ਇੱਧਰ ਹੀ ਰਹਿੰਦਾ ਭਾਜੀ ਕਿੰਨੇ ਹਾਲਾਤ ਮਾੜੇ ਨੇ ਬਹੁਤ ਬੁਰਾ ਹਾਲ ਹੈਗਾ ਇੱਥੇ ਦਾ ਹੱਲ ਕੋਈ ਨਹੀਂ ਕੋਈ ਨਹੀਂ ਹੱਲ ਹੈਗਾ ਤੇ ਅਫਸਰ ਕੀ ਕਰਦੇ ਨੇ ਅਬ ਅਫਸਰ ਕੀ ਕਰਤੇ ਹਮ ਲੋਕ ਲੇਬਰ ਆਦਮੀ ਕੰਮ ਕਰਨ ਵਾਲੇ ਕੀ ਕਰ ਸਕਦੇ ਹੈ ਭਾਜੀ ਰੋਡ ਤੇ ਧੱਕੇ ਖਾਣੇ ਆਣਾ ਠੱਕੇ ਖਾਤੇ ਜਾਣਾ ਘਰ ਪੇ ਬਿਮਾਰ ਹੈ ਹਾਂ ਬਿਮਾਰ ਬਿਮਾਰੀ ਏਰੀਆ ਚ ਬਿਮਾਰੀ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੈ ਵੀਰ ਜੀ ਤੁਸੀਂ ਕੰਪਲੇਂਟ ਕਰਦੇ ਹੋ ਸਿੱਧੀ ਧਮਕੀ ਆ ਜਾਂਦੀ ਹੈ ਸਿੱਧੀ ਧਮਕੀ ਹੈ ਮੈਨੂੰ ਥ੍ਰੈਟ ਆ ਰਿਹਾ ਭਾਜੀ ਮੈਨੂੰ PDA ਤੋਂ ਥ੍ਰੈਟ ਆ ਰਿਹਾ ਕਿ ਤੁਹਾਡਾ ਜੀਣਾ ਔਖਾ ਮੈਂ ਤਾਂ PDA ਨੂੰ ਇਹ ਦਰਖਾਸਤ ਕਰਦਾ ਕਿ ਮੇਰੀ ਫੈਕਟਰੀ ਲੈ ਲਓ ਇੰਨੇ ਅੱਕ ਚੁੱਕੇ ਹੋ ਮੈਨੂੰ ਅੱਕਿਆ ਪਿਆ ਜੀ ਮੈਂ ਤਾਂ ਅੰਦਰ ਤੁਹਾਡੇ ਦੇਖੋ ਐਂਟਰੈਂਸ ਤਾਂ ਸਾਰਾ ਬੰਦ ਕੀਤਾ ਹੋਇਆ ਅੰਦਰ ਜਾਣ ਦਾ ਔਖਾ ਹੋਇਆ ਪਿਆ ਕਿ ਮੈਂ ਤਾਂ ਉਹਨਾਂ ਨੂੰ ਕਹਿੰਦਾ ਮੇਰੀ ਜਾ ਦੇਖੋ ਸਮੈਲ ਕਿੰਨੀ ਸਮੈਲ ਕਿੰਨੀ ਆ ਰਹੀ ਹੈ ਬਦਬੂ ਆ ਰਹੀ ਹੈ ਪਤਾ ਕੀ ਕੂੜਾ ਕੀ ਕੂੜਾ ਕਰਕਟ ਫੂਕਦੇ ਆ ਜੀ ਇਹ ਆਪਣੇ ਕਮਾਈਆਂ ਨਾਲ ਬਸ ਇਹਨਾਂ ਨੂੰ ਆਪਣੇ ਨੋਟਾਂ ਨੂੰ ਪਿਆ ਐਸ਼ ਆਪ ਐਸ਼ ਕਰਦੇ ਆ ਲੋਕੀ ਮਰਨ ਜੋ ਮਰ ਜਾਣਾ ਕੋਈ ਲੈਣਾ ਦੇਣਾ ਨਹੀਂ ਮਤਲਬ ਇਸ ਇਲਾਕੇ ਦੇ ਵਿੱਚ ਕੈਂਸਰ ਪੂਰਾ ਦਿੱਤਾ ਜਾ ਰਿਹਾ ਫੁੱਲ ਕੈਂਸਰ ਹੈ ਜੀ ਫੁੱਲ ਕੈਂਸਰ ਆਪ ਲਗਜ਼ਰੀ ਲਾਈਫ ਜਿੰਦੇ ਆ ਇਹ ਲਗਜ਼ਰੀ ਗੱਡੀਆਂ ਕਿਸੇ ਇੰਡਸਟਰੀ 'ਚ ਚੈੱਕ ਕਰ ਲਓ ਸਾਰੇ ਲਗਜ਼ਰੀ ਗੱਡੀਆਂ 'ਚ ਘੁੰਮ ਰਹੇ ਨੇ ਵਧੀਆ ਏਰੀਆ 'ਚ ਰਹਿ ਰਹੇ ਨੇ ਆਮ ਬੰਦੇ ਪਬਲਿਕ ਨੂੰ ਪਰੇਸ਼ਾਨ ਕੀਤਾ ਇਹਨਾਂ ਨੇ ਬਿਲਕੁਲ ਤੁਹਾਨੂੰ ਮੈਂ ਪਾਣੀ ਦਿਖਾ ਦਾਂ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਗੁਲਾਬੀ ਰੰਗ ਦਾ ਪਾਣੀ ਹੈ ਰਿਕਾਰਡਿੰਗ ਨਾ ਹੁੰਦੀ ਹੈ ਵੀਰ ਤੋਂ ਤੇ PDA ਦੇ ਜਿਹੜੇ ਨੇ ਕਮਲ ਜੀ ਕਿਸ ਤਰ੍ਹਾਂ ਆਉਂਦੇ ਗੇਟ ਦੇ ਵਿੱਚ ਕਿਉਂਕਿ ਇਹਨਾਂ ਨੇ ਰਿਕਾਰਡਿੰਗ ਕਰ ਲਈ ਕਿ ਸਾਡੀ ਕੰਪਲੇਂਟਾਂ ਨਾ ਕਰ ਮੈਂ ਹੱਲ ਕਰ ਦਿੰਦਾ ਤੇ ਸਾਨੂੰ ਕਿਹਾ ਜਾਂਦਾ ਕਿ ਹਾਂ ਵੀ ਮੈਂ ਹੱਲ ਕਰਦਾ ਵਾਂ ਤੇ ਇਹ ਘਰਾਂ ਦਾ ਪਾਣੀ ਹੈ ਲੇਕਿਨ ਇੱਕ ਪਾਸੇ ਸ਼ਖਸ ਕੋ ਰਿਕਾਰਡਿੰਗ ਹੈ ਤੇ ਦੂਜੇ ਪਾਸੇ ਇਹ ਡੈਂਗ ਦਾ ਪਾਣੀ ਹੈ ਇਹ ਦਾਵਾ NGT ਕਰੇਗੀ ਕਿ ਨਹੀਂ ਕਰੇਗੀ ਰਿਪੋਰਟ ਦੇ ਵਿੱਚ ਪੋਲਿਊਸ਼ਨ ਬੋਰਡ ਆਖਿਰ ਕਿਹੜੀਆਂ ਕੁੰਭਕਰਨੀ ਨਿੰਦਾ ਸੁੱਤਾ ਹੋਇਆ ਵਾ ਇਹ ਡੈਰੀ ਨੰਬਰ ਤੱਕ ਲਗਾ ਦਿੱਤੇ ਗਏ ਨੇ ਐਪਲੀਕੇਸ਼ਨ ਚੀਫ ਤੱਕ ਦੀ ਚੀਫ ਦੀ ਜਿਹੜੀ ਹੈ ਰਿਟਾਇਰਮੈਂਟ ਕੋਲ ਹੈਗੀ ਹੈ ਲੇਕਿਨ ਇੱਕ ਪਾਸੇ ਤਾਂ ਸਹੀ ਗੱਲ ਕੀਤੀ MLA ਗੋਗੀ ਨੇ ਕਿ ਪੱਥਰ ਤੋੜ ਦਿੱਤਾ ਗਿਆ ਕਿਉਂਕਿ ਕਾਰਵਾਈ ਜਿਹੜੀ ਨਹੀਂ ਹੁੰਦੀ ਹੈ ਲੇਕਿਨ ਦੂਜੇ ਪਾਸੇ ਹਲਕਾ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਹਲਕੇ ਦੇ ਵਿੱਚ ਇੰਨਾ ਗੰਦਾ ਪਾਣੀ ਰੋਡ ਦੇ ਉੱਤੇ ਹੈ ਤੁਹਾਨੂੰ ਦੁਸ਼ਵਾਰ ਜੀਣਾ ਦੁਸ਼ਵਾਰ ਹੋ ਜੂਗਾ ਇੰਨੀ ਗੰਦੀ ਸਮੈਲ ਇਸ ਰੋਡ ਦੇ ਉੱਤੇ ਆ ਰਹੀ ਹੈ ਕਿ ਇਹ ਡੈਂਗ ਦਾ ਪਾਣੀ ਇਸ ਫੈਕਟਰੀ ਵਾਲਾ ਵਿਚਾਰਾ ਜਿਹੜਾ ਇੱਕ ਕੰਮ ਕਰਦਾ ਇਹਦੀ ਐਂਟਰੀ ਦੇ ਸਕਦੇ ਹੋ ਐਂਟਰੀ ਤੱਕ ਨਹੀਂ ਹੈਗੀ ਅੰਦਰ ਜਾਣ ਦੀ ਅਰੇ ਅੰਦਰ ਜਾਣ ਦੀ ਐਂਟਰੀ ਤੱਕ ਨਹੀਂ ਹੈਗੀ ਕਿ ਤੂੰ ਬਾਹਰ ਰਹਿ ਯਾਰ ਬਾਈ ਤੇਰਾ ਫੈਕਟਰੀ ਦੇ ਵਿੱਚ ਕੰਮ ਕਰਨ ਦਾ ਜੀ ਨਹੀਂ ਹੈਗਾ ਤੂੰ ਫੈਕਟਰੀ ਕਰ ਹੀ ਨਾ ਤੂੰ ਕਾਰੋਬਾਰ ਨਾ ਕਰ ਕਿਉਂਕਿ ਸਾਡਾ ਰਾਜ ਇੱਥੇ ਚੱਲਦਾ ਵੈ ਸਾਡਾ ਰਾਜ ਇਸ ਕਰਕੇ ਚੱਲਦਾ ਤਾਂ ਅਸੀਂ ਕਿਸੇ ਨੂੰ ਹੋਰ ਨੂੰ ਕੰਮ ਨਹੀਂ ਕਰਨ ਦੇਣਾ ਕਿਉਂਕਿ ਪਾਣੀ ਤੇਰੇ ਦਰਾਂ ਮੂਹਰੇ ਛੱਡਣਾ ਵੈ ਆਖਿਰ ਤੁਸੀਂ ਜਦੋਂ ਵੱਡਾ ਲਗਾਇਆ ਟ੍ਰੀਟਮੈਂਟ ਲਗਾਇਆ ਸੀਵਰ ਪਾਇਆ
ਤੇ ਟਵੀਟ ਕਰਕੇ ਆ ਵੀ ਪਾਣੀ ਛੱਡੋ, ਪਾਣੀ ਕਿਹਦਾ ਬਾਹਰ ਆ ਰਿਹਾ, ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਜਿਹਨਾਂ ਨੇ ਪਾਣੀ ਦੇ ਕਨੈਕਸ਼ਨ ਜਿਹੜੇ ਜੋੜੇ ਹੋਏ ਨੇ, ਆਖਿਰ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਹੋ ਜਿਹੜੇ ਇਹ ਪਾਣੀ ਜਿਹੜਾ ਛੱਡ ਰਹੇ ਨੇ, ਆਖਿਰ ਕਿਉਂ PDI ਚੁੱਪ ਕਰਕੇ ਬੈਠਾ ਹੋਇਆ, ਕਿਉਂ ਪੋਲਿਊਸ਼ਨ ਬੋਰਡ ਚੁੱਪ ਕਰਕੇ ਬੈਠਾ? ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਪੰਜਾਬ ਨੂੰ ਸਾਫ਼ ਸੁਥਰਾ ਕਰ ਦਿਓ, ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਇਹ ਜੋ ਕੱਕੋਵਾ ਕਾਕੋਵਾ ਰੋਡ ਦੇ ਉੱਤੇ ਜੋ ਹਾਲਾਤ ਬਣੇ ਹੋਏ ਨੇ, ਹਾਲਾਤ ਬੱਤੋ ਬੱਤਰ ਨੇ, ਲੋਕਾਂ ਨੂੰ ਹੈਜੇ ਤੱਕ ਹੋ ਗਿਆ ਵੈ, ਕਈ ਬਿਮਾਰੀਆਂ ਦਾਅਵਾ ਦਿੱਤੀਆਂ ਜਾ ਰਹੀਆਂ ਨੇ, ਹੁਣ ਦੇਖਦੇ ਹਾਂ ਖਬਰ ਚੱਲਣ ਤੋਂ ਬਾਅਦ ਇਹ ਪਾਣੀ ਨਜ਼ਰ ਆਊਗਾ ਕਿ ਨਹੀਂ ਆਊਗਾ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।